10 11 ਦੀ ਵਿਚਲੀ ਰਾਤ ਨੂੰ ਅੰਗਰੇਜ਼ ਫਿਰੋਜ਼ਪੁਰ ਲਾਗੋਂ ਸਤਲੁਜ ਦਰਿਆ ਪਾਰ ਹੁੰਦੇ ਹਨ ਅਤੇ ਬਿਨਾਂ ਕਿਸੇ ਰੁਕਾਵਟ ਕਸੂਰਾਂ ਮਲਦੇ ਹਨ। ਇੱਥੇ ਹੀ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਫੋਰਟ ਵਿੱਚ ਭਾਰੀ ਮਾਤਰਾ ਵਿੱਚ ਸਿੱਖ ਫੌਜ ਇਕੱਠੀ ਹੋਈ ਹੈ ਅਤੇ ਉਹਨਾਂ ਕੋਲ ਤੋਪਾਂ ਅਤੇ ਗੋਲੀ ਬਰੂਦ ਵੀ ਹੈ, ਪਰ ਉਹਨਾਂ ਸਿੱਖ ਫੌਜਾਂ ਕੋਲ ਕੋਈ ਲੀਡਰ ਨਹੀਂ ਹੈ। ਹੁਣ ਗਵਰਨਰ ਜਨਰਲ ਉਹਨਾਂ ਸਰਦਾਰਾਂ ਜਿਨ੍ਹਾਂ ਨੇ ਜੰਗ ਵਿੱਚ ਹਿੱਸਾ ਨਹੀਂ ਲਿਆ ਸੀ ਅਤੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਔਲਾਦ ਬਾਰੇ ਜੋ ਸ਼ੁਭ ਚਿੰਤਕ ਸਨ ਉਹਨਾਂ ਨੂੰ ਬੁਲਾਉਣਾ ਚਾਹੁੰਦਾ ਸੀ ਅਤੇ ਉਹਨਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੁੰਦਾ ਸੀ ਕਿ ਲਾਹੌਰ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਬਣਾਈ ਜਾਵੇ ਜਿਸ ਨਾਲ ਖਾਲਸਾ ਫੌਜ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ ਅਤੇ ਆਪਣੀ ਰਈਅਤ ਦੀ ਰਾਖੀ ਕਰ ਸਕੇ ਤਾਂ ਕਿ ਅਗਾਂਹ ਵਾਸਤੇ ਸਿੱਖ ਰਿਆਸਤਾਂ ਵਿੱਚ ਅਮਨ ਕਾਇਮ ਹੋ ਸਕੇ। ਇਸ ਗੱਲ ਦੀ ਤਸੱਲੀ ਹੋਵੇ ਕਿ ਅਗਾਂਹ ਤੋਂ ਹੱਦ ਉੱਤੇ ਕਿਸੇ ਵੀ ਗੱਲ ਤੋਂ ਸਿੱਖ ਫੌਜਾਂ ਜਾਂ ਕਿਸੇ ਹੋਰ ਵਿੱਚ ਕੋਈ ਝਗੜਾ ਨਹੀਂ ਹੋਵੇਗਾ ਅਤੇ ਇਸ ਤੋਂ ਦੁਨੀਆ ਨੂੰ ਸਾਬਤ ਹੋ ਜਾਵੇ ਕਿ ਪ੍ਰਧਾਨ ਸਰਕਾਰ ਹਿੰਦ ਦਾ ਵਰਤਾਓ ਬੜਾ ਚੰਗਾ ਅਤੇ ਨਿਆਂ ਵਾਲਾ ਹੈ। ਉਹ ਕਹਿੰਦਾ ਹੈ ਕਿ ਇਹ ਸਿੱਖ ਫੌਜਾਂ ਕੋਲ ਹੁਣ ਇੱਕ ਚੰਗਾ ਸਮਾਂ ਹੈ, ਚੰਗਾ ਮੌਕਾ ਹੈ। ਜੇ ਇਸ ਮੌਕੇ ਨੂੰ ਵੀ ਸਿੱਖਾਂ ਨੇ, ਸਿੱਖ ਫੌਜਾਂ ਨੇ ਜਾਂ ਸਿੱਖ ਜਰਨੈਲਾਂ ਨੇ ਆਪਣੇ ਹੱਥੋਂ ਗਵਾ ਲਿਆ ਤਾਂ ਇਸ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦਾ ਮੌਕਾ ਉਹਨਾਂ ਨੂੰ ਨਹੀਂ ਮਿਲੇਗਾ, ਨਹੀਂ ਦਿੱਤਾ ਜਾਵੇਗਾ। ਅਤੇ ਜੇਕਰ ਸਿੱਖ ਫੌਜਾਂ ਨੇ ਅੰਗਰੇਜ਼ਾਂ ਵਿਰੁੱਧ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਰਕਾਰ ਅੰਗਰੇਜ਼ੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਾਸਤੇ ਉਹ ਢੰਗ ਵਰਤੇਗੀ ਜਿਸ ਤੋਂ ਸਰਕਾਰ ਅੰਗਰੇਜ਼ੀ ਨੂੰ ਲਾਭ ਪੁੱਜੇ ਅਤੇ ਸਰਕਾਰ ਬਰਤਾਨੀਆ ਨੂੰ ਹਰ ਤਰ੍ਹਾਂ ਦੀ ਤਸੱਲੀ ਹੋਵੇ। ਹੁਣ ਇਸ ਐਲਾਨ ਨੇ ਸਾਰੇ ਪੰਜਾਬ ਵਿੱਚ ਅੱਗ ਲਾ ਦਿੱਤੀ। ਦੂਜੀ ਅੰਗਰੇਜ਼ੀ ਫੌਜ ਨੇ ਇਸ ਇਲਾਕੇ ਵਿੱਚ ਉਹ ਹਨੇਰਗਰਦੀ ਵਰਤੀ ਕਿ ਸ਼ਾਇਦ ਹੀ ਕੋਈ ਇਹਨਾਂ ਦੀ ਮਾਰ ਤੋਂ ਬਚਿਆ ਹੋਵੇ। ਹੁਣ ਸਿੱਖਾਂ ਦੇ ਦਿਲ ਵਿੱਚ ਭਾਂਬੜ ਵਾਲ ਉੱਠੇ। ਵਿਸਾਘਾਤੀ ਸਿੱਖ ਜਰਨੈਲ ਵੀ ਹੈਰਾਨ ਰਹਿ ਗਏ ਕਿ ਇਹ ਕੀ ਬਣਿਆ ਅਤੇ ਏਡੀ ਛੇਤੀ ਸਭਰਾਵਾਂ ਦੀ ਜੰਗ ਦਾ ਇਹ ਨਤੀਜਾ। ਉਹ ਜਾਣਦੇ ਸਨ ਕਿ ਅੰਗਰੇਜ਼ ਬਲ ਨਾਲ ਨਹੀਂ ਜਿੱਤੇ, ਸਗੋਂ ਸੈਨਾਪਤੀ ਖੁਦ ਪੰਜਾਬ ਦੇ ਹਾਰੇ ਸਨ। ਪਰ ਹੁਣ ਇਸ ਪਛਤਾਵੇ ਦਾ ਕੀ ਲਾਭ। 15 ਫਰਵਰੀ ਨੂੰ ਰਾਜਾ ਗੁਲਾਬ ਸਿੰਘ ਡੋਗਰਾ ਕੁਝ ਹੋਰ ਸਰਦਾਰਾਂ ਨਾਲ ਮਹਾਰਾਜਾ ਦਲੀਪ ਸਿੰਘ ਵੱਲੋਂ ਕਸੂਰ ਪੁੱਜਦਾ ਹੈ। ਉਧਰ ਲਾਰਡ ਹਾਰਡਨਿੰਗ ਵੀ ਅੰਮ੍ਰਿਤਸਰ ਵਿੱਚ ਸਿੱਖ ਫੌਜ ਦਾ ਇਕੱਠ ਵੇਖ ਕੇ ਘਬਰਾ ਰਿਹਾ ਸੀ। ਲਾਰਡ ਹਾਰਡਨਿੰਗ ਨੇ ਗੁਲਾਬ ਸਿੰਘ ਡੋਗਰਾ ਨੂੰ ਕਿਹਾ ਕਿ ਸਾਡੀ ਮਰਜ਼ੀ ਪੰਜਾਬ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਉਣਾ ਨਹੀਂ, ਮਹਾਰਾਜਾ ਦਲੀਪ ਸਿੰਘ ਆਪਣੇ ਰਾਜ ਉੱਤੇ ਕਾਇਮ ਰਹਿਣਗੇ, ਪਰ ਬਿਆਸ ਅਤੇ ਸਤਲੁਜ ਦੇ ਵਿਚਕਾਰ ਦਾ ਇਲਾਕਾ ਅਤੇ 1.5 ਕਰੋੜ ਰੁਪਇਆ ਜੰਗ ਦੇ ਖਰਚ ਵਜੋਂ ਦੇਣਾ ਪਵੇਗਾ। ਇਹ ਸ਼ਰਤਾਂ ਲਾਹੌਰ ਚੱਲ ਕੇ ਹੀ ਪੱਕੀਆਂ ਹੋਣਗੀਆਂ। ਗੁਲਾਬ ਸਿੰਘ ਨੇ ਬੜਾ ਜ਼ੋਰ ਲਾਇਆ ਕਿ ਅੰਗਰੇਜ਼ ਲਾਹੌਰ ਨਾ ਜਾਣ, ਪਰ ਲਾਰਡ ਹਾਰਡਨਿੰਗ ਨੇ ਉਹਦੀ ਇੱਕ ਨਾ ਮੰਨੀ। ਅੰਤ ਗੁਲਾਬ ਸਿੰਘ ਡੋਗਰਾ ਵਾਪਸ ਪਰਤਾਉਂਦਾ ਹੈ। 20 ਫਰਵਰੀ ਨੂੰ ਲਾਰਡ ਹਾਰਡਨਿੰਗ ਆਪਣੀ ਅੰਗਰੇਜ਼ੀ ਫੌਜ ਸਮੇਤ ਲਾਹੌਰ ਜਾ ਪੁੱਜਦਾ ਹੈ। ਇੱਥੇ ਉਸਨੇ ਮਹਾਰਾਜਾ ਦਲੀਪ ਸਿੰਘ ਨੂੰ ਰਾਜ ਤਖ਼ਤ 'ਤੇ ਬਿਠਾਇਆ ਅਤੇ ਐਲਾਨ ਕੀਤਾ ਕਿ ਦਲੀਪ ਸਿੰਘ ਪੰਜਾਬ ਦਾ ਮਹਾਰਾਜਾ ਰਹੇਗਾ। ਇਸ ਸਾਰੇ ਰੰਗ ਢੰਗ ਤੋਂ ਪੰਜਾਬ ਵਾਸੀ ਸਮਝ ਰਹੇ ਸਨ ਕਿ ਹੁਣ ਪਹਿਲਾਂ ਵਾਲਾ ਪੰਜਾਬ ਨਹੀਂ ਰਿਹਾ। 26 ਫਰਵਰੀ ਨੂੰ ਲਾਰਡ ਹਾਰਡਨਿੰਗ ਨੇ ਇੱਕ ਆਮ ਦਰਬਾਰ ਕੀਤਾ ਜਿਸ ਵਿੱਚ ਪੰਜਾਬ ਦਾ ਗੱਦਾਰ ਲਾਲ ਸਿੰਘ ਮਿਸਰ, ਪੰਜਾਬ ਦਾ ਵਜ਼ੀਰ ਅਤੇ ਤੇਜ ਸਿੰਘ ਸੈਨਾਪਤੀ ਬਣਾਏ ਗਏ ਅਤੇ ਹੋਣ ਵਾਲੀਆਂ ਸੁਲ੍ਹਾਂ ਦਾ ਮੋਟਾ ਮੋਟਾ ਐਲਾਨ ਵੀ ਕੀਤਾ। ਉੱਧਰ ਰਾਜਾ ਗੁਲਾਬ ਸਿੰਘ ਡੋਗਰਾ ਲਾਹੌਰ ਦਾ ਵਜ਼ੀਰ ਬਣਨ ਵਾਸਤੇ ਚੌਕੀ ਆਸ ਲਾਈ ਬੈਠਾ ਸੀ। ਉਹ ਕਿਵੇਂ ਇਹ ਸਹਾਰ ਸਕਦਾ ਸੀ ਕਿ ਮਿਸਰ ਲਾਲ ਸਿੰਘ ਪੰਜਾਬ ਦਾ ਵਜ਼ੀਰ ਬਣੇ। ਗੁਲਾਬ ਸਿੰਘ ਡੋਗਰੇ ਨੇ ਲਾਰਡ ਹਾਰਡਨਿੰਗ ਨੂੰ ਸਾਫ਼ ਕਹਿ ਦਿੱਤਾ ਕਿ ਸਭਰਾਵਾਂ ਦੀ ਲੜਾਈ ਵਿੱਚ ਸਿੱਖ ਫੌਜ ਨੂੰ ਮਰਵਾਉਣ ਬਦਲੇ ਉਸ ਨੂੰ ਕੁਛ ਮਿਲਣਾ ਚਾਹੀਦਾ ਸੀ। ਨਾਲ ਹੀ ਉਸਨੇ ਲਾਰਡ ਹਾਰਡਨਿੰਗ ਨੂੰ ਇਹ ਕਹਿ ਦਿੱਤਾ ਕਿ ਜੇ ਮੈਂ ਲੜਾਈ ਲੰਮੀ ਕਰ ਦਿੰਦਾ ਤਾਂ ਇਸ ਦਾ ਨਤੀਜਾ ਕੁਛ ਹੋਰ ਹੋਣਾ ਸੀ। ਉਹ ਕਹਿੰਦਾ ਕਿ ਜੇ ਮੈਂ ਆਪ ਹੀ ਆਪਣਾ ਜਾਲ ਵਿਛਾ ਕੇ ਉਸ ਵਿੱਚ ਕੈਦ ਨਾ ਹੁੰਦਾ ਅਤੇ ਸਿੱਖ ਫੌਜ ਨੂੰ ਖਿਲਾਰ ਦਿੰਦਾ ਤਾਂ ਫਿਰੋਜ਼ਪੁਰ ਅਤੇ ਦਿੱਲੀ ਵਿੱਚ ਸਿੱਖ ਫੌਜ ਪਰਲੋ ਲਿਆ ਦਿੰਦੀ।
ਹੁਣ ਗੁਲਾਬ ਸਿੰਘ ਡੋਗਰਾ ਨੂੰ ਨਾਰਾਜ਼ ਵੇਖ ਕੇ ਲਾਰਡ ਹਾਰਡਿੰਗ ਵੀ ਘਬਰਾ ਗਿਆ। ਹੁਣ ਲਾਰਡ ਹਾਰਡਿੰਗ ਗੁਲਾਬ ਸਿੰਘ ਡੋਗਰਾ ਦੀ ਕਾਬਲੀਅਤ ਨੂੰ ਜਾਣਦਾ ਸੀ ਅਤੇ ਨਾਲ ਹੀ ਉਹ ਇਹ ਵੀ ਜਾਣਦਾ ਸੀ ਕਿ ਇਹੋ ਜਿਹਾ ਆਦਮੀ ਜੇਕਰ ਅੰਮ੍ਰਿਤਸਰ ਵਰਗੀ ਫੌਜ ਵਿੱਚ ਜਾ ਮਿਲੇ ਤਾਂ ਉਸ ਲਈ ਲਾਰਡ ਹਾਰਡਿੰਗ ਲਈ ਇਹ ਬਹੁਤ ਬੁਰਾ ਸਾਬਤ ਹੋ ਸਕਦਾ ਹੈ। ਸੋ ਲਾਰਡ ਹਾਰਡਿੰਗ ਨੇ ਰਾਜਾ ਗੁਲਾਬ ਸਿੰਘ ਡੋਗਰਾ ਨਾਲ ਇਕਰਾਰ ਕੀਤਾ ਕਿ ਉਹ ਉਸ ਨੂੰ ਕਸ਼ਮੀਰ ਦਾ ਖੁਦ ਮੁਖਤਿਆਰ ਰਾਜਾ ਬਣਾ ਦੇਵੇਗਾ। 16 ਮਾਰਚ ਸੰਨ 1840 ਈਸਵੀ ਨੂੰ ਲਾਰਡ ਹਾਰਡਿੰਗ ਨੇ ਰਾਜਾ ਗੁਲਾਬ ਸਿੰਘ ਡੋਗਰਾ ਦੇ ਨਾਲ ਸੁਲਾਪਾ ਕੀ ਕੀਤੀ। 74 ਲੱਖ ਰੁਪਇਆ ਲੈ ਕੇ ਗੁਲਾਬ ਸਿੰਘ ਨੂੰ ਜੰਮੂ ਅਤੇ ਕਸ਼ਮੀਰ ਦਾ ਸੁਤੰਤਰ ਮਹਾਰਾਜਾ ਬਣਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸਾਰਾ ਕੰਮਕਾਜ ਪ੍ਰਬੰਧ ਠੀਕ ਕਰਕੇ ਲੋੜੀਂਦੀ ਅੰਗਰੇਜ਼ੀ ਫੌਜ ਲਾਹੌਰ ਛੱਡ ਕੇ ਅਤੇ ਬਾਕੀ ਫੌਜ 26 ਮਾਰਚ ਨੂੰ ਸਤਲੁਜ ਦਰਿਆ ਤੋਂ ਪਾਰ ਹੁੰਦੀ ਹੈ। ਲਾਰਡ ਹਾਰਡਿੰਗ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਿਉਂ ਨਹੀਂ ਮਿਲਾਇਆ? ਇਸ ਗੱਲ ਤੋਂ ਕਈ ਅੰਗਰੇਜ਼ੀ ਅਫਸਰ ਉਸ ਨਾਲ ਨਾਰਾਜ਼ ਹੁੰਦੇ ਸਨ। ਹੁਣ ਉਸਨੇ ਪੰਜਾਬ ਨੂੰ ਆਪਣੇ ਰਾਜ ਵਿੱਚ ਕਿਉਂ ਨਹੀਂ ਸੀ ਮਿਲਾਇਆ? ਕੀ ਉਹ ਇਹ ਕੰਮ ਨਹੀਂ ਸੀ ਕਰ ਸਕਦਾ? ਨਿਰਾ ਜ਼ੁਬਾਨੀ ਕਹਿਣ ਨਾਲ ਜਾਂ ਐਲਾਨ ਕਰ ਦੇਣ ਨਾਲ ਹੀ ਇਹ ਕੰਮ ਨਹੀਂ ਸੀ ਹੋ ਚੱਲਿਆ ਜਾਂ ਮੁੱਕ ਚੱਲਿਆ, ਸਗੋਂ ਸਾਰੇ ਪੰਜਾਬ 'ਤੇ ਕਬਜ਼ਾ ਕਰਨਾ ਪੈਣਾ ਸੀ ਅਤੇ ਖਾਲਸਾ ਫੌਜ ਨੂੰ ਦਬਾ ਕੇ ਰੱਖਣਾ ਪੈਣਾ ਸੀ। ਹੁਣ ਇਸ ਸਵਾਲ ਦੇ ਜਵਾਬ ਵਿੱਚ ਅੰਗਰੇਜ਼ੀ ਇਤਿਹਾਸਕਾਰ ਲਿਖਦੇ ਹਨ ਕਿ ਇਸ ਦਾ ਪਹਿਲਾ ਰਸਤਾ ਇਹ ਸੀ ਕਿ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾ ਲਿਆ ਜਾਂਦਾ, ਪਰ ਕੰਪਨੀ ਅਤੇ ਗਵਰਨਰ ਜਨਰਲ ਇਸ ਕੰਮ ਦੇ ਬਿਲਕੁਲ ਉਲਟ ਸਨ ਕਿਉਂਕਿ ਇਸ ਹਾਲਤ ਵਿੱਚ ਪੰਜਾਬ ਨੂੰ ਜ਼ਬਤ ਕਰਨਾ ਸੰਭਵ ਨਹੀਂ ਸੀ। ਭਾਵੇਂ ਕਿ ਸਿੱਖ ਫੌਜ ਮੈਦਾਨ ਵਿੱਚ ਹਾਰ ਚੁੱਕੀ ਸੀ, ਪਰ ਫਿਰ ਵੀ 25,000 ਖਾਲਸਾ ਫੌਜ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਅਜੇ ਬਾਕੀ ਸੀ ਅਤੇ 8,000 ਫੌਜ ਖਾਲਸਾ ਫੌਜ ਪੇਸ਼ਾਵਰ ਵਿੱਚ ਸੀ। ਕੁੱਲ ਮਿਲਾ ਕੇ ਇਹ ਫੌਜ 33,000 ਖਾਲਸਾ ਫੌਜ ਅਜੇ ਬਚੀ ਹੋਈ ਸੀ। ਹੁਣ ਇਹੋ ਜਿਹੀ ਲੰਮੀ ਲੜਾਈ ਵਾਸਤੇ ਕਮਾਂਡਰ ਇਨ ਚੀਫ ਕੋਲ ਲੋੜੀਂਦੀ ਫੌਜ ਅਤੇ ਤੋਪਾਂ ਅਸਲਾ ਵਗੈਰਾ ਨਹੀਂ ਸੀ। ਹੁਣ ਦੂਜਾ ਢੰਗ ਇਸਦਾ ਇਹ ਸੀ ਕਿ ਪੰਜਾਬ ਨੂੰ ਟਕਾ ਭਰਨ ਵਾਲਾ ਰਜਵਾਨਾ ਬਣਾ ਦਿੱਤਾ ਜਾਵੇ। ਹੁਣ ਇਸਦਾ ਤੀਸਰਾ ਢੰਗ ਇਹ ਸੀ ਕਿ ਮਿੱਤਰ ਬਣ ਕੇ ਇੱਕ ਬਲਵਾਨ ਸਰਕਾਰ ਜਿਹੜੀ ਆ ਉਹ ਤਿਆਰ ਕੀਤੀ ਜਾਵੇ ਜੋ ਅੰਗਰੇਜ਼ਾਂ ਦੀ ਸਹਾਇਤਾ ਲਈ ਸਦਾ ਲੋੜਵੰਦ ਰਹੇ, ਜਿਸ ਤੋਂ ਅੰਗਰੇਜ਼ੀ ਸਰਕਾਰ ਨੂੰ ਹਿੰਦੁਸਤਾਨ ਵਿੱਚ ਕਿਸੇ ਗੱਲੋਂ ਕਿਸੇ ਕੰਮ ਦਾ ਕੋਈ ਡਰ ਭੈ ਨਾ ਹੋਵੇ। ਸੋ ਇਸ ਨੀਤੀ ਕਰਕੇ ਪੰਜਾਬ ਨੂੰ ਉਹਨੂੰ ਜ਼ਬਤ ਨਹੀਂ ਕੀਤਾ ਗਿਆ ਕਿਉਂਕਿ ਉਸ ਸਮੇਂ ਹਾਲਾਤ ਪੰਜਾਬ ਨੂੰ ਜ਼ਬਤ ਕਰਨ ਵਾਲੇ ਅੰਗਰੇਜ਼ੀ ਸਰਕਾਰ ਨੂੰ ਨਹੀਂ ਲੱਗਦੇ ਸਨ। ਲਾਰਡ ਹਾਰਡਿੰਗ ਨੇ ਬੜੀ ਲੰਮੀ ਸੋਚ ਤੋਂ ਕੰਮ ਲਿਆ, ਨਹੀਂ ਤਾਂ ਜੇ ਪੰਜਾਬ ਦੀ ਗੁਲਾਮੀ ਦਾ ਐਲਾਨ ਕਰ ਦਿੱਤਾ ਜਾਂਦਾ ਤਾਂ ਸਾਰੇ ਪੰਜਾਬ ਵਿੱਚ ਬਲਵਾ ਹੋ ਜਾਂਦਾ ਕਿਉਂਕਿ ਪੰਜਾਬ ਦੀ ਸਾਰੀ ਵਸੋਂ ਫੌਜੀ ਸੁਭਾਅ ਦੀ ਸੀ। ਇੱਥੇ ਦੱਸਣਾ ਇਹ ਵੀ ਜ਼ਰੂਰੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 1809 ਈਸਵੀ ਨੂੰ ਇੱਕ ਕਾਨੂੰਨ ਪਾਸ ਕੀਤਾ ਸੀ ਜਿਸ ਦੇ ਤਹਿਤ ਹਰ ਘਰ ਦਾ ਮੈਂਬਰ ਪੜ੍ਹਿਆ ਲਿਖਿਆ ਹੋਣਾ ਅਤੇ ਸੈਲਫ ਡਿਫੈਂਸ ਹੋਣਾ ਬਹੁਤ ਜ਼ਰੂਰੀ ਸੀ, ਜਿਸ ਲਈ ਹਰ ਘਰ ਦੇ ਵਿੱਚ ਚੰਗੇ ਹਥਿਆਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਅਤੇ ਵੋਕੈਬਲਰੀ ਵਰਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਦਾ ਕਾਇਦਾ ਰੱਖਣਾ ਬਹੁਤ ਜ਼ਰੂਰੀ ਸੀ। ਇਸ ਸੰਬੰਧ ਵਿੱਚ ਇੱਕ ਵੀਡੀਓ ਵੀ ਬਣਾਈ ਹੈ ਜੋ ਆਈ ਬਟਨ ਦੇ ਵਿੱਚ ਤੁਹਾਨੂੰ ਮਿਲ ਸਕਦੇਗੀ। ਲਾਹੌਰ ਅਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਉਹ ਸਿੱਖ ਫਿਰ ਰਹੇ ਸਨ ਜਿਨ੍ਹਾਂ ਦੀਆਂ ਛਾਤੀਆਂ ਵਿੱਚ ਬਦੋ ਬਦੀ ਡੁੱਬਣ ਵਾਸਤੇ ਖੂਨ ਉਬਾਲੇ ਮਾਰ ਰਿਹਾ ਸੀ। ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਕਿਲ੍ਹੇ ਸਿੱਖਾਂ ਦੇ ਹੱਥ ਵਿੱਚ ਸਨ ਅਤੇ ਹਰ ਇੱਕ ਕਿਲ੍ਹੇ ਵਿੱਚ ਥੋੜ੍ਹਾ ਬਹੁਤ ਸਮਾਨ ਪਿਆ ਹੋਇਆ ਸੀ। ਅੰਗਰੇਜ਼ਾਂ ਵਾਸਤੇ ਇੱਕ ਇੱਕ ਕਿਲ੍ਹੇ ਨੂੰ ਫਤਿਹ ਕਰਨਾ ਕਠਿਨ ਸੀ ਅਤੇ ਇਸ ਤੋਂ ਵੀ ਜ਼ਿਆਦਾ ਔਖਾ ਸੀ ਸਾਰੇ ਦੇਸ਼ ਵਿੱਚ ਭੜਕੀ ਹੋਈ ਬਲਵੇ ਦੀ ਅੱਗ ਨੂੰ ਠੰਡਾ ਕਰਨਾ। ਸੋ 9 ਅਤੇ 11 ਮਾਰਚ 1846 ਈਸਵੀ ਨੂੰ ਸੁਲ੍ਹਾ ਪੱਕੀਆਂ ਹੋ ਗਈਆਂ। ਲਾਹੌਰ ਦਰਬਾਰ ਦੇ ਪੁਰਾਣੇ ਸਿਪਾਹੀ ਜੋ ਸਿੱਖ ਸਿਪਾਹੀ ਸਨ ਉਹਨਾਂ ਨੂੰ ਬੁਲਾ ਕੇ ਤਨਖਾਹਾਂ ਦੇ ਕੇ ਅੱਗੋਂ ਵਾਸਤੇ ਨੌਕਰੀ ਤੋਂ ਹਟਾ ਦਿੱਤਾ ਗਿਆ। ਸੁਲ੍ਹਾ ਅਨੁਸਾਰ ਅੰਗਰੇਜ਼ੀ ਫੌਜ ਸਰ ਲਿਟਰ ਦੀ ਕਮਾਨ ਵਿੱਚ ਰੱਖੀ ਗਈ, ਰਾਜ ਪ੍ਰਬੰਧ ਇੱਕ ਕੌਂਸਲ ਦੇ ਹੱਥ ਵਿੱਚ ਦਿੱਤਾ ਗਿਆ। ਇਹ ਕੌਂਸਲ ਇੱਕ ਅੰਗਰੇਜ਼ ਏਜੰਟ ਹੈਨਰੀ ਲਾਰੈਂਸ ਦੇ ਅਧੀਨ ਰੱਖੀ ਗਈ। ਲਾਲ ਸਿੰਘ ਵਜ਼ੀਰ ਅਤੇ ਤੇਜ ਸਿੰਘ ਸੈਨਾਪਤੀ ਬਣੇ। ਗੁਲਾਬ ਸਿੰਘ ਡੋਗਰੇ ਨੂੰ ਜੰਮੂ ਅਤੇ ਕਸ਼ਮੀਰ ਦਾ
ਵੱਖਰਾ ਮਹਾਰਾਜਾ ਬਣਾ ਦਿੱਤਾ ਗਿਆ। ਮਹਾਰਾਣੀ ਜਿੰਦ ਕੌਰ ਦਲੀਪ ਸਿੰਘ ਦੀ ਮੁਖਤਿਆਰ ਬਣੀ ਅਤੇ ਦੋਹਾਂ ਮਹਾਂਪੁੱਤਾਂ ਦੇ ਨਿੱਜੀ ਖਰਚੇ ਵਾਸਤੇ 1,00,000 ਮਹਾਂਵਾਰ ਪੱਕਾ ਹੋਇਆ। ਸਿੱਖਾਂ ਨਾਲ ਇੰਨੀ ਗਦਾਰੀ ਕਰਕੇ ਲਾਲ ਸਿੰਘ ਇਹੋ ਜਿਹੀ ਨਾਮ ਤਰੀਕ ਹਕੂਮਤ ਦਾ ਵਜ਼ੀਰ ਬਣਿਆ। ਇਹ ਖੁਸ਼ੀ ਵੀ ਉਸਨੂੰ ਬਹੁਤਾ ਚਿਰ ਭੋਗਣੀ ਨਸੀਬ ਨਾ ਹੋਈ। ਲਾਹੌਰ ਦਰਬਾਰ ਵੱਲੋਂ ਸ਼ੇਖ ਇਮਾਮੂਦੀਨ ਕਸ਼ਮੀਰ ਦਾ ਗਵਰਨਰ ਸੀ, ਉਸਨੇ ਟਾਕਰਾ ਕੀਤਾ। ਅਕਤੂਬਰ ਵਿੱਚ ਹੈਨਰੀ ਲਾਰੈਂਸ ਅਤੇ ਸਰਦਾਰ ਸ਼ੇਰ ਸਿੰਘ ਆਪਣੀ 10,000 ਫੌਜ ਲੈ ਕੇ ਕਸ਼ਮੀਰ ਜਾਂਦੇ ਹਨ ਅਤੇ ਗੁਲਾਬ ਸਿੰਘ ਨੂੰ ਉੱਥੋਂ ਦਾ ਉਦੋਂ ਕਬਜ਼ਾ ਦਵਾਇਆ ਸੀ। ਸ਼ੇਖ ਇਮਾਮੂਦੀਨ ਨੂੰ ਫੜ ਕੇ ਲਾਹੌਰ ਲਿਆਂਦਾ ਗਿਆ। ਸ਼ੇਖ ਇਮਾਮੂਦੀਨ ਨੇ ਲਾਰੈਂਸ ਨੂੰ ਲਾਲ ਸਿੰਘ ਦੀਆਂ 3 ਚਿੱਠੀਆਂ ਦਿੱਤੀਆਂ, ਜਿਨ੍ਹਾਂ ਉੱਤੇ ਵਜ਼ੀਰ ਦੀ ਸਹੀ ਦਸਤਖਤ ਸੀ ਅਤੇ ਜਿਨ੍ਹਾਂ ਵਿੱਚ ਗੁਲਾਬ ਸਿੰਘ ਦਾ ਟਾਕਰਾ ਕਰਨ ਬਾਰੇ ਲਿਖਿਆ ਹੋਇਆ ਸੀ। ਇਸ ਬਲਵੇ ਦਾ ਦੋਸ਼ੀ ਲਾਲ ਸਿੰਘ ਮੰਨਿਆ ਗਿਆ। 3 ਦਸੰਬਰ 1846 ਈਸਵੀ ਵਿੱਚ 64 ਸਰਦਾਰਾਂ ਦੀ ਇੱਕ ਸਭਾ ਬੈਠੀ। ਸ਼ੇਖ ਇਮਾਮੂਦੀਨ ਨੇ ਚਿੱਠੀਆਂ ਸਮੇਤ ਅਤੇ ਜ਼ੁਬਾਨੀ ਵੀ ਲਾਲ ਸਿੰਘ ਦੇ ਵਿਰੁੱਧ ਬਿਆਨ ਦਿੱਤਾ। ਪੜਤਾਲ ਵਿੱਚ ਲਾਲ ਸਿੰਘ ਦੋਸ਼ੀ ਸਾਬਤ ਹੋਇਆ ਅਤੇ ਉਸ ਨੂੰ ਪੰਜਾਬ ਦੀ ਵਜ਼ਾਰਤ ਤੋਂ ਹਟਾ ਕੇ 2,000 ਮਹਾਂਵਾਰ ਪੈਨਸ਼ਨ ਦੇ ਕੇ ਬਨਾਰਸ ਵਿੱਚ ਜਲਾਵਤਨ ਕਰ ਦਿੱਤਾ ਗਿਆ।